ਦੇਖੋ ਮਾਮਲਾ ਜਿਹੜਾ ਅਸੀਂ ਬਹੁਤ ਸੰਗੀਨ ਮਾਮਲਾ ਇਹ ਅਸੀਂ ਜਿੰਨੇ ਵੀ ਉੱਥੇ ਹਮਲਾ ਕਰਨ ਗਏ ਸੀ ਜਾਂ ਉਹਨਾਂ ਦੇ ਜਿਹੜੇ ਨਾਲ ਕਨੈਕਟਡ ਜਾਂ ਉਹਨਾਂ ਦੇ ਜਿਹੜੇ ਪਿੱਛੇ ਪਲੈਨਿੰਗ ਬਣਾਉਣ ਵਾਲੇ ਸੀ ਉਹ ਸਾਰੇ ਅਸੀਂ ਫੜ ਲਏ ਨੇ ਚਲਾਨ ਵੀ ਪੇਸ਼ ਕਰਤਾ ਅਤੇ ਇੱਕ ਦੋ ਕੈਨੇਡਾ 'ਚ ਨੇ ਅਸੀਂ ਭਾਰਤ ਸਰਕਾਰ ਨੂੰ ਇਹ ਬੇਨਤੀ ਕੀਤੀ ਹੈ ਕਿ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਵੀ ਬੁਲਾਇਆ ਜਾਵੇ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਹੈਗੀ ਕਿ ਅਸੀਂ ਕਿਸੇ ਪੱਖ ਤੋਂ ਇਨਸਾਫ ਦੇਣ ਦੇ ਵਿੱਚ ਅਸੀਂ ਕੋਈ ਦੇਰੀ ਕਰ ਰਹੇ ਹੋਈਏ ਹਰ ਰੋਜ਼ ਕੋਈ ਨਾ ਕੋਈ ਗ੍ਰਿਫਤਾਰੀ ਹੋ ਰਹੀ ਹੈ ਕਿਤੋਂ ਵੀ ਸਾਨੂੰ ਕੋਈ ਕਲੂ ਮਿਲਦਾ ਅਸੀਂ ਉਹਨੂੰ ਗ੍ਰਿਫਤਾਰ ਕਰਦੇ ਹਾਂ ਅਤੇ ਜਲਦੀ ਜਿਹੜਾ ਮਾਮਲਾ ਜਿਹੜਾ ਉਹ ਹੱਲ ਹੋ ਜਾਵੇ ਗੁੱਸਾ ਹੁੰਦਾ ਵੀਰੋ ਮੈਂ ਇਹ ਗੱਲ ਸਰਕਾਰ ਨੂੰ ਦੱਸਣੀ ਚਾਹੁੰਦਾ ਪ੍ਰੈਸ ਦੇ ਮਾਧਿਅਮ ਦੇ ਨਾਲ ਅਗਰ ਤੁਸੀਂ ਗੈਂਗਸਟਰ ਦਾ ਹਿੱਸਾ ਮੇਰੇ ਪੁੱਤ ਨੂੰ ਬਣਾਉਂਦੇ ਹੋ ਮੈਂ 25 ਤਰੀਕ ਨੂੰ ਆਪਣੀ FIR ਚੱਕਰੂੰਗਾ ਤੁਹਾਡਾ ਕੰਮ ਬਿਲਕੁਲ ਸੌਖਾ ਕਰ ਦੂੰਗਾ ਮੈਂ ਵਾਅਦਾ ਕਰਦਾ ਮੈਂ ਇੱਕ ਮਹੀਨਾ ਤੁਹਾਡੇ ਮੂੰਹ ਵੱਲ ਵੇਖੂੰਗਾ ਮੈਂ DGP ਸਾਹਿਬ ਤੋਂ ਟਾਈਮ ਮੰਗਿਆ ਵੀ ਮੇਰੀਆਂ ਤਕਲੀਫਾਂ ਸੁਣ ਲਓ ਜੋ ਸਵਾਲ ਮੇਰੇ ਮਨ ਦੇ ਵਿੱਚ ਨੇ ਉਸ ਤੋਂ ਬਾਅਦ ਜੇ ਕਹੋਗੇ ਮੈਂ ਆਪਦੇ ਬੱਚੇ ਦੀ FIR ਚੱਕਰੂੰਗਾ ਮੈਂ ਭਾਵੇਂ ਬੰਗਲਾਦੇਸ਼ 'ਚ ਜਾ ਕੇ ਰਵਾਂ ਤੁਹਾਡਾ ਮੁਲਕ ਛੱਡ ਦੂੰਗਾ ਮੈਨੂੰ ਤੁਹਾਡੇ ਮੁਲਕ ਤੋਂ ਕੋਈ ਇਨਜਸਟਿਸ ਨਹੀਂ ਮਿਲਦੀ ਜਿਹੜੀ ਸਰਕਾਰ ਸੱਚ ਨਹੀਂ ਬੋਲ ਸਕਦੀ ਓਏ ਉਹ ਏਜੰਸੀਆਂ ਸੁੱਤੀਆਂ ਪਈਆਂ ਨੇ ਉਹਨਾਂ ਨੇ ਲਾਰੈਂਸ ਦੀ 20 ਟੀਮ ਨੂੰ ਅੱਜ ਤੱਕ ਬੁਲਾਇਆ ਤੱਕ ਨਹੀਂ ਜੱਗੂ ਜਸਟਿਸ CI ਪ੍ਰਤਪਾਲ ਦੀ ਕਮਾਂਡ ਦੇ ਵਿੱਚ USA ਨੂੰ ਫੋਨ ਕਰਦਾ ਰਿਹਾ ਓਏ ਸਿੱਧੂ ਦਾ ਕਹਿੰਦਾ ਮੈਂ ਮਾਰਿਆ ਕਿਤੇ ਲਾਰੈਂਸ ਤਾਂ ਨਹੀਂ ਇਹਦੀ ਹਾਇਪ ਲਈ ਜਾਂਦਾ ਉਹ ਵੀਰੋ ਸਾਨੂੰ ਮਾਰ ਕੇ ਇਹਨਾਂ ਦੇ ਰੇਟ ਵਧੇ ਨੇ ਇਹਨਾਂ ਦੇ ਇਹਨਾਂ ਦੀਆਂ ਫਰੋਕੀਆਂ 'ਚ ਵਾਧਾ ਹੋਇਆ ਕੋਈ ਸਮੁੱਚੀ ਇੰਡਸਟਰੀ ਤੋਂ ਇੱਕ ਵੀ ਕਲਾਕਾਰ ਜੇ ਅੱਜ ਸਾਡੇ ਨਾਲ ਖੜਿਆ ਹੋਵੇ ਸੌ ਖਾਣ ਨੂੰ ਤਿਆਰ ਹੋਵੇ ਦੇਖੋ ਮਾਮਲਾ ਜਿਹੜਾ ਅਸੀਂ ਬਹੁਤ ਸੰਗੀਨ ਮਾਮਲਾ ਇਹ ਅਸੀਂ ਜਿੰਨੇ ਵੀ ਉੱਥੇ ਹਮਲਾ ਕਰਨ ਗਏ ਸੀ ਜਾਂ ਉਹਨਾਂ ਦੇ ਜਿਹੜੇ ਨਾਲ ਕਨੈਕਟਡ ਜਾਂ ਉਹਨਾਂ ਦੇ ਜਿਹੜੇ ਪਿੱਛੇ ਪਲੈਨਿੰਗ ਬਣਾਉਣ ਵਾਲੇ ਸੀ ਉਹ ਸਾਰੇ ਅਸੀਂ ਫੜ ਲਏ ਨੇ ਚਲਾਨ ਵੀ ਪੇਸ਼ ਕਰਤਾ ਅਤੇ ਇੱਕ ਦੋ ਕੈਨੇਡਾ 'ਚ ਨੇ ਅਸੀਂ ਭਾਰਤ ਸਰਕਾਰ ਨੂੰ ਇਹ ਬੇਨਤੀ ਕੀਤੀ ਹੈ ਕਿ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਵੀ ਬੁਲਾਇਆ ਜਾਵੇ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਹੈਗੀ ਕਿ ਅਸੀਂ ਕਿਸੇ ਪੱਖ ਤੋਂ ਇਨਸਾਫ ਦੇਣ ਦੇ ਵਿੱਚ ਅਸੀਂ ਕੋਈ ਦੇਰੀ ਕਰ ਰਹੇ ਹੋਈਏ ਹਰ ਰੋਜ਼ ਕੋਈ ਨਾ ਕੋਈ ਗ੍ਰਿਫਤਾਰੀ ਹੋ ਰਹੀ ਹੈ ਕਿਤੋਂ ਵੀ ਸਾਨੂੰ ਕੋਈ ਕਲੂ ਮਿਲਦਾ ਅਸੀਂ ਉਹਨੂੰ ਗ੍ਰਿਫਤਾਰ ਕਰਦੇ ਹਾਂ ਅਤੇ ਜਲਦੀ ਜਿਹੜਾ ਮਾਮਲਾ ਜਿਹੜਾ ਉਹ ਹੱਲ ਹੋ ਜਾਵੇ ਗੁੱਸਾ ਹੁੰਦਾ ਵੀਰੋ ਮੈਂ ਇਹ ਗੱਲ ਸਰਕਾਰ ਨੂੰ ਦੱਸਣੀ ਚਾਹੁੰਦਾ ਪ੍ਰੈਸ ਦੇ ਮਾਧਿਅਮ ਦੇ ਨਾਲ ਅਗਰ ਤੁਸੀਂ ਗੈਂਗਸਟਰ ਦਾ ਹਿੱਸਾ ਮੇਰੇ ਪੁੱਤ ਨੂੰ ਬਣਾਉਂਦੇ ਹੋ ਮੈਂ 25 ਤਰੀਕ ਨੂੰ ਆਪਣੀ FIR ਚੱਕਰੂੰਗਾ ਤੁਹਾਡਾ ਕੰਮ ਬਿਲਕੁਲ ਸੌਖਾ ਕਰ ਦੂੰਗਾ ਮੈਂ ਵਾਅਦਾ ਕਰਦਾ ਮੈਂ ਇੱਕ ਮਹੀਨਾ ਤੁਹਾਡੇ ਮੂੰਹ ਵੱਲ ਵੇਖੂੰਗਾ ਮੈਂ DGP ਸਾਹਿਬ ਤੋਂ ਟਾਈਮ ਮੰਗਿਆ ਵੀ ਮੇਰੀਆਂ ਤਕਲੀਫਾਂ ਸੁਣ ਲਓ ਜੋ ਸਵਾਲ ਮੇਰੇ ਮਨ ਦੇ ਵਿੱਚ ਨੇ ਉਸ ਤੋਂ ਬਾਅਦ ਜੇ ਕਹੋਗੇ ਮੈਂ ਆਪਦੇ ਬੱਚੇ ਦੀ FIR ਚੱਕਰੂੰਗਾ ਮੈਂ ਭਾਵੇਂ ਬੰਗਲਾਦੇਸ਼ 'ਚ ਜਾ ਕੇ ਰਵਾਂ ਤੁਹਾਡਾ ਮੁਲਕ ਛੱਡ ਦੂੰਗਾ ਮੈਨੂੰ ਤੁਹਾਡੇ ਮੁਲਕ ਤੋਂ ਕੋਈ ਇਨਜਸਟਿਸ ਨਹੀਂ ਮਿਲਦੀ ਜਿਹੜੀ ਸਰਕਾਰ ਸੱਚ ਨਹੀਂ ਬੋਲ ਸਕਦੀ ਓਏ ਉਹ ਏਜੰਸੀਆਂ ਸੁੱਤੀਆਂ ਪਈਆਂ ਨੇ ਉਹਨਾਂ ਨੇ ਲਾਰੈਂਸ ਦੀ 20 ਟੀਮ ਨੂੰ ਅੱਜ ਤੱਕ ਬੁਲਾਇਆ ਤੱਕ ਨਹੀਂ ਜੱਗੂ ਜਸਟਿਸ CI ਪ੍ਰਤਪਾਲ ਦੀ ਕਮਾਂਡ ਦੇ ਵਿੱਚ USA ਨੂੰ ਫੋਨ ਕਰਦਾ ਰਿਹਾ ਓਏ ਸਿੱਧੂ ਦਾ ਕਹਿੰਦਾ ਮੈਂ ਮਾਰਿਆ ਕਿਤੇ ਲਾਰੈਂਸ ਤਾਂ ਨਹੀਂ ਇਹਦੀ ਹਾਇਪ ਲਈ ਜਾਂਦਾ ਉਹ ਵੀਰੋ ਸਾਨੂੰ ਮਾਰ ਕੇ ਇਹਨਾਂ ਦੇ ਰੇਟ ਵਧੇ ਨੇ ਇਹਨਾਂ ਦੇ ਇਹਨਾਂ ਦੀਆਂ ਫਰੋਕੀਆਂ 'ਚ ਵਾਧਾ ਹੋਇਆ ਕੋਈ ਸਮੁੱਚੀ ਇੰਡਸਟਰੀ ਤੋਂ ਇੱਕ ਵੀ ਕਲਾਕਾਰ ਜੇ ਅੱਜ ਸਾਡੇ ਨਾਲ ਖੜਿਆ ਹੋਵੇ ਸੌ ਖਾਣ ਨੂੰ ਤਿਆਰ ਹੋਵੇ।